ਵੈਲਕਮ ਅਗੇਨ ਟੂ ਮਾਈ ਚੈਨਲ। ਗਾਈਜ਼ ਕਿੰਨੀ ਦੇਰ ਬਾਅਦ ਵਲੋਗ ਬਣਾ ਰਿਹਾ ਕਿਉਂਕਿ ਮੈਂ ਫ੍ਰੀ ਸੀ ਗਾਈਜ਼। ਤਾਂ ਤੁਹਾਨੂੰ ਪੂਰਾ ਦੱਸਾਂ ਕਿ ਮੈਂ ਕਿਉਂ ਨਹੀਂ ਵਲੋਗ ਬਣਾ ਰਿਹਾ ਸੀ ਗਾਈਜ਼, ਕਿਉਂ ਮੇਰੇ ਵਲੋਗ ਇੰਨੇ ਲੇਟ ਜਾ ਰਹੀ, ਕਿਉਂਕਿ ਗਾ ਜਿਮ ਟ੍ਰੇਨਰ ਵੀ ਲੱਗ ਗਿਆ ਸੀ ਅਡਮਾਇਰ ਜਿਮ। ਕੇਰੀ ਮੈਂ ਜੋਬ ਲੰਘਾ, ਮੈਂ ਜੋਬ ਵੀ ਡਰੋਪ ਕਰਤੀ ਹੈ। ਅਤੇ ਗਾਈਜ਼ ਪਤਾ ਕੀ ਚੱਕਰ ਸੀ ਗਾਈਜ਼, ਟਾਈਮ ਦਾ ਬਹੁਤ ਜ਼ਿਆਦਾ ਹੁੰਦਾ ਪਿਆ ਸੀ, ਟਾਈਮ ਬਿਲਕੁਲ ਨਹੀਂ ਮੈਨੂੰ ਲੱਗ ਰਿਹਾ ਸੀ ਕਿਉਂਕਿ ਸਵੇਰੇ ਮੈਂ ਜਾਂਦਾ ਸੀ ਇੰਨੀ ਠੰਡ 'ਚ, ਧੁੰਦ 'ਚ ਮੈਂ ਜਾਂਦਾ ਸੀ ਸਵੇਰੇ 5:30 ਵਜੇ ਮੈਂ ਸਵੇਰੇ ਜਾਂਦਾ ਸੀ ਅਤੇ 11 ਵਜੇ ਮੈਂ ਮਤਲਬ ਉੱਥੋਂ ਫ੍ਰੀ ਹੋ ਜਾਂਦਾ ਸੀ। ਅਤੇ ਉਸ ਤੋਂ ਬਾਅਦ ਮੈਂ ਵਰਕਆਊਟ ਕਰਦਾ ਸੀ, ਇੱਕ ਵੱਜ ਜਾਂਦਾ ਸੀ, ਫਿਰ ਮੈਂ ਸ਼ਾਮੀ ਜਾਂਦਾ ਸੀ। ਗਾਈਜ਼ ਜਿੱਥੇ ਮੈਂ ਟ੍ਰੇਨਰ ਡਿਊਟੀ ਲੱਗਾ ਸੀ ਉੱਥੇ ਇੰਨੀ ਟਫ ਡਿਊਟੀ ਹੈ ਗਾਈਜ਼, ਜਿੰਨੇ ਘੰਟੇ ਮਤਲਬ 8-9 ਘੰਟੇ ਮੈਂ ਡਿਊਟੀ ਦੇਣੀ, ਉਨੇ ਘੰਟੇ ਖੜ੍ਹੇ ਰਹਿਣਾ, ਬਸ 20 ਮਿੰਟ ਦੀ ਬ੍ਰੇਕ ਮਿਲਦੀ, ਉਹਦੇ ਵਿੱਚ ਆਪਾਂ ਜੋ ਖਾ ਸਕਦੇ ਖਾ ਸਕਦੇ ਸੀ, ਉਹ ਵੀ ਵੈੱਜ ਖਾ ਸਕਦੇ ਸੀ, ਨਾ ਕਿ ਨੋਨ ਵੈੱਜ ਤੁਸੀਂ ਲੈ ਕੇ ਨਹੀਂ ਆ ਸਕਦੇ ਸੀ। ਇਹ ਸੀ ਮਤਲਬ ਟੋਕ ਟੋਕ ਬੁੱਕ ਕਰਦੇ ਸੀ, ਅਤੇ ਤਾਂ ਮੈਂ ਉੱਥੇ ਜੋਬ ਵੀ ਡਰੋਪ ਕਰਤੀ, ਅਤੇ ਘਰਦਿਆਂ ਨੂੰ ਵੀ ਪਤਾ ਲੱਗ ਗਿਆ ਸੀ ਮੇਰੀ ਫੇਸ ਤੋਂ ਕਿ ਮੈਂ ਮਤਲਬ ਠੀਕ ਨਹੀਂ ਸੀ, ਅਤੇ ਇਸ ਕਰਕੇ ਮੇਰਾ ਬੋਡੀ ਬਹੁਤ ਪੇਨ ਕਰਦੀ, ਨਾ ਮੇਰੇ ਕੋਲ ਵਰਕਆਊਟ ਪ੍ਰੋਪਰ ਲੱਗਦਾ ਸੀ, ਨਾ ਮੇਰੇ ਕੋਲ ਖਾਧਾ ਜਾਂਦਾ ਸੀ, ਨਾ ਮੇਰੇ ਕੋਲ ਸਲੀਪ ਹੁੰਦੀ ਸੀ, ਅਤੇ ਇਸ ਕਰਕੇ ਮੈਂ ਜੋਬ ਉੱਪਰ ਡਰੋਪ ਕਰਤੀ ਹੈ। ਇਸ ਮੈਂ ਕਿੰਨੀ ਦੇਰ ਬਾਅਦ ਵਲੋਗ ਬਣਾ ਰਿਹਾ, ਅਤੇ ਮੈਨੂੰ ਹੁਣ ਵਲੋਗ ਕਰਨਾ ਵੀ ਔਖਾ ਲੱਗ ਰਿਹਾ ਕਿਉਂਕਿ ਪਹਿਲੇ ਮੈਂ ਪਾਉਂਦਾ ਸੀ ਰੋਜ਼, ਉਦੋਂ ਮੈਨੂੰ ਅੱਜ ਤੋਂ ਹੀ ਵਲੋਗ ਬਣਾਉਂਦੀ, ਉਦੋਂ ਮੈਂ ਆਰਾਮ ਨਾਲ ਬੋਲ ਦਿੰਦਾ ਸੀ, ਹੁਣ ਥੋੜ੍ਹਾ ਜਿਹਾ ਵਿੱਚ ਮੈਂ ਆੜ ਵੀ ਰਿਹਾ ਕਿਉਂਕਿ ਇਹ ਮੰਥਰਾ ਵਲੋਗ ਮੈਂ ਬਣਾਇਆ ਹੋਇਆ ਸੀ ਉਹੀ ਪਾਇਆ, 1 ਮਹੀਨਾ ਹੋ ਗਿਆ ਵਲੋਗ ਬਣਾਏ ਨੂੰ, ਅਤੇ ਚਲੋ ਕੋਈ ਨਹੀਂ, ਅਤੇ ਹੁਣ ਵਲੋਗ ਕੰਟੀਨਿਊ ਕਰਦੇ ਹਾਂ। ਅੱਜ ਪਹਿਲੇ ਜਾਂਦੇ ਹਾਂ, ਮੈਂ ਜਿਮ ਜਾ ਰਿਹਾ, ਅੱਜ ਮੇਰਾ ਸ਼ੋਲਡਰ ਵਰਕਆਊਟ ਹੈ, ਸ਼ੋਲਡਰ ਟ੍ਰਾਈਸੈਪ ਦੇ ਵਿੱਚ ਸ਼ੂਟ ਕਰਨ ਵਾਲਾ ਹੋਏਗਾ, ਤਾਂ ਸ਼ੂਟ ਕਰਾਂਗੇ ਵਲੋਗ, ਤੁਹਾਨੂੰ ਵਰਕਆਊਟ ਦਿਖਾਵਾਂਗੇ। ਮੈਨੂੰ ਕਾਫੀ ਲੋਕਾਂ ਨੇ ਮੋਟੀਵੇਟ ਕੀਤਾ ਕਿ ਤੂੰ ਵਲੋਗ ਕਿਉਂ ਨਹੀਂ ਬਣਾ ਰਿਹਾ, ਕਿ ਵਲੋਗ ਕਿਉਂ ਨਹੀਂ ਬਣਾ ਰਿਹਾ, ਕੀ ਗੱਲ ਹੋਈ ਕੀ, ਅਤੇ ਮੈਂ ਉਹਨਾਂ ਨੂੰ ਤਾਂ ਹੀ ਦੱਸਣਾ ਚਾਹੁੰਦਾ ਕਿ ਮੈਂ ਥੋੜ੍ਹਾ ਜਿਹਾ ਤਾਂ ਬਿਜ਼ੀ ਚੱਲਦਾ ਵੈਸੇ, ਤਾਂ ਨਹੀਂ ਮੈਂ ਵਲੋਗ ਬਣਾ ਰਿਹਾ, ਅਤੇ ਹੁਣ ਮੈਂ ਵਲੋਗ ਬਣਾਉਣਾ ਸਟਾਰਟ ਕਰਤੇ ਆ, ਅਤੇ ਹੁਣ ਐਂਡ ਕਰਾ ਦੇ ਨਹੀਂ ਵਲੋਗ ਪਾ ਪਾ ਕੇ, ਅਤੇ ਵਲੋਗ 'ਤੇ ਜੁੜੇ ਰਹੋ, ਚੈਨਲ ਨੂੰ ਕਰ ਦਿਉ ਹੁਣ ਸਬਸਕ੍ਰਾਈਬ। ਕਿੰਨੇ ਵੀ ਤਾਂ ਦੇਖ ਰਹੇ ਆ, ਕਿਹੜਾ ਦੇਖਿਆ ਦੱਸ ਮੈਨੂੰ, ਸਾਰੇ ਕਿਹੜਾ ਵਧੀਆ ਲੱਗਾ, ਸਭ ਤੋਂ ਸੋਹਣਾ ਉਹ ਵੀ ਲੈ ਲਿਆ ਦਿਆ ਜਿਹੜਾ ਕੁੱਤਾ ਲਿਆਂਦਾ ਸੀ, ਇਹਦਾ ਕੁੱਤਾ ਲਿਆਂਦਾ ਸੀਗਾ ਇਹ ਵਾਲਾ, ਹਾਂਜੀ, ਹੋਰ ਇੱਥੇ ਤੁਸੀਂ ਦੇ ਸੀ, ਤੇ ਇੱਥੇ ਦੇ ਸੀ ਯਾਰ, ਨਹੀਂ ਦਿੱਤਾ ਇੱਥੇ ਤੁਸੀਂ ਦੇ ਸੀ, ਤਾਲਾ ਬਲੌਗ ਤੇਰਾ ਮੈਂ ਪਾ ਦੇਣਾ, ਠੀਕ ਹੈ, ਦੇਖੀ ਘਰ ਜਾ ਕੇ, ਠੀਕ ਹੈ, ਦੇਖੇਗਾ, ਮੈਂ ਤਾਂ ਸਾਰੇ ਦੇਖ ਲਿਆ, ਸਬਸਕ੍ਰਾਈਬ ਕੀਤਾ ਕੀ ਕੀਤਾ, ਸਬਸਕ੍ਰਾਈਬ ਕੀ ਕੀਤਾ, ਸਬਸਕ੍ਰਾਈਬ ਤੇ ਕਹਿ ਦੇ ਕਿ ਸਬਸਕ੍ਰਾਈਬ ਕਰ ਦੋ, ਸਬਸਕ੍ਰਾਈਬ ਕਰ ਦੋ, ਦੇ ਵਾਲਾ ਵਾਈਨ ਪੀ ਲਾ, ਵਾਈਨ ਪੀ ਲਾ, ਨਹੀਂ ਨਹੀਂ ਮੈਂ ਨਹੀਂ ਪੀਂਦਾ, ਮੈਂ ਵੀਗਨ ਹਾਂ, ਮੈਂ ਕੁੱਟਣਾ ਵੀ ਬੜਾ ਹੈ, ਜੂਸ ਐਲੋਵੇਰਾ ਵਗੈਰਾ ਸਾਰਾ ਕੁਝ ਮਿਕਸ, ਡੀਟੌਕਸ, ਚੀਅਰਸ ਕਰੋ ਸਾਰੇ, ਚੀਅਰਸ ਕਰੋ, ਮੈਂ ਨਹੀਂ ਮੈਂ ਭੰਨਣਾ ਬੜੇ ਫਿਰ ਪੀਣਾ ਹੈ, ਮੈਂ ਛੋਟੇ ਗਲਾਸ ਲੈਂਦਾ, ਚੱਲ ਨਹੀਂ ਚੀਅਰਸ ਕਰੋ, ਚੱਲ ਬਸ ਇੱਕ ਦੋ ਨੂੰ ਮਿਲ ਜੀ, ਚਲੋ ਜਲਦੀ ਕਰੋ ਚੀਅਰਸ, ਚਲ ਆਇਓ ਆਇਓ ਆਇਓ, ਆ ਇਕੱਠੇ ਕਰ ਸਾਰੇ ਕਰੋ ਸਾਰੇ ਕਰੋ, ਚੀਅਰਸ, ਡੀਟੌਕਸ, ਰੁਕ 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 2 ਮਿੰਟ ਪੀ ਲੈ ਪੀ ਲੈ ਪੀ ਲੈ, ਨਾ ਬੜਾ ਉਹ ਮੈਨੂੰ ਨਾ ਨਹੀਂ ਪੀ ਗਿਆ ਕੰਮ ਨਹੀਂ। ਇਸਮਾ ਹੋ ਗਿਆ ਜਿਮ ਵਾਸਤੇ ਰੈਡੀ, ਅਤੇ ਸ਼ੇਕਰ ਪਾ ਲਿਆ ਬੈਗ 'ਚ, ਅਤੇ ਹੁਣ ਜਿਮ ਜਾ ਕੇ ਤੁਹਾਨੂੰ ਮਿਲਦੇ, ਠੀਕ ਹੈ, ਆਪਾਂ ਕਰ ਰਹੇ ਹਾਂ ਸੈਟਿੰਗ ਕਰਕੇ, ਆਏ ਹੀ ਆ ਜਸਟ, ਜਲਦੀ ਆ ਗਿਆ, ਕੋਈ ਵੀ ਨਹੀਂ ਆਇਆ ਤਾਂ ਹਲੇ, ਗਾਈ ਸਾਹ ਦੇਖੋ ਐਕਸਰਸਾਈਜ਼ ਨਹੀਂ ਲਾਉਂਦੇ ਹੈਗੇ, ਗਾਈ ਸਮਝਾਓ ਕੀ ਕਰਦੇ ਵੇ, ਮੈਨੂੰ ਵੀ ਸੁਸਤੀ ਆਉਂਦੀ ਇਹਦੇ ਨਾਲ ਰਹਿ ਕੇ, ਦੇਖ ਲਓ ਗਾਈ ਐਕਸਰਸਾਈਜ਼ ਨਹੀਂ ਲਾਉਂਦੇ, ਫੋਨ 'ਚ ਰੀਲਾਂ ਦੇ ਦੇ ਵੀ ਇੰਨੇ ਵਿਹਲੇ, ਤੁਸੀਂ ਇੰਨੇ ਵਿਹਲੇ, ਬੁੱਗੀ ਇੱਥੇ ਨਹੀਂ, ਮੇਰੀ ਬੁੱਗੀ ਆ ਰਹੀ ਦੇਖ, ਆ ਮੇਰੀ ਬੁੱਗੀ, ਆ ਚਾਰੀ ਦੀ ਬੁੱਗੀਆਂ, ਤੇਰੀ ਬੁੱਗੀ ਆ ਨਵੀਂ ਵਾਲੀ, ਸਹੀ ਆ,
ਨਹੀਂ ਉਹ ਜਾਂਦੀ ਹੈ ਯਾਰ ਸਾਰੇ ਲੋਕ ਬੁਗੀਆ ਬਣਾਈ ਜਾਂਦੇ ਵਿੱਚ ਆਏ ਦੀਵੇ ਸਜਾਏ ਹੋਏ ਆ ਘਰੇ ਆਉਂਦੇ ਹੀ ਚਲੀਏ ਸਿੰਬਾ ਤੂੰ ਨਹੀਂ ਆਇਆ ਹੈ ਤੈਨੂੰ ਬੰਨਿਆ ਹੋਇਆ ਦੀਵੇ ਕਰਕੇ ਤੇ ਗਾਇਸ ਜਿਮ ਤੋਂ ਆ ਕੇ ਹੁਣ ਮੰਦਿਰ ਜਾਂਦੇ ਆ ਤੇ ਮੈਂ ਤੁਹਾਨੂੰ ਤੋਂ ਤਿਆਰ ਹੋਆ ਕੱਪੜੇ ਤਾਂ ਅਸੀਂ ਪਾ ਲੈਣੇ ਆ ਹੱਕਾਂ ਚ ਪਾਣੀ ਆ ਚਲੋ ਗਾਇਸ ਅੱਜ ਦੀਵਾਲੀ ਵਾਲੀ ਵਾਈ ਬਾ ਅਯੋਧਿਆ ਉਹ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਦਿਹਾੜਾ ਨਹੀਂ ਮਨਾਉਂਦੇ ਸਾਰੇ ਚਲੋ ਗਾਇਸ ਤਿਆਰ ਹੁੰਦੇ ਮੈਂ ਹੋ ਗਿਆ ਰੈਡੀ ਹੁਣ ਜਾ ਰਿਹਾ ਕਿਉਂਕਿ ਜਾਣਾ ਤਾਂ ਐਕਟਿਵਾ ਤੇ ਪੈਣਾ ਕਾਰ ਤੇ ਨਹੀਂ ਜਾ ਸਕਦੇ ਕਿਉਂਕਿ ਬਹੁਤ ਜ਼ਿਆਦਾ ਟ੍ਰੈਫਿਕ ਆ ਉੱਥੇ ਤੇ ਹੁਣ ਐਕਟਿਵਾ ਮੈਂ ਚਲਾਉਣੀ ਆ ਤੇ ਹੁਣ ਜਾ ਕੇ ਤੁਹਾਨੂੰ ਉੱਥੇ ਮਿਲਦੇ ਆ ਤੇ ਗਾਈਸ ਜਾ ਕਰਕੇ ਆਪਾਂ ਆ ਗਏ ਹਾਂ ਔਰ ਰਸ਼ ਬਹੁਤ ਜ਼ਿਆਦਾ ਸੀ ਇੰਨਾ ਕਰਾਊਡ ਸੀ ਉੱਥੇ ਵਲੋਗ ਨਹੀਂ ਕਰ ਪਾਇਆ ਤੁਸੀਂ ਬਣਾਈ ਹੈ ਮਾੜੀ ਮਾੜੀ ਜੈ ਸ਼੍ਰੀ ਰਾਮ ਸ਼ਾਮ ਖਾ ਰਹੇ ਆ ਚਾਂ ਨਹੀਂ ਭਰਾਵਾ ਚਾਂ ਪਾਣੀ ਖਾਣੀ ਆ ਕਿਉਂ ਗੋਡੇ ਦੇ ਪੱਲਾ ਦੇ ਕਿਹੜੀ ਚਾਂ ਫੋਟੋ ਤੁਸੀਂ ਕਿਹੜੀ ਚਾਂ ਭਾਈ ਸਾਨੀ ਚਾਂਪਾ ਕਰੋ ਚਾਂਪਾ ਮੰਮੀ ਕਹਿ ਵੀ ਰਹੀ ਗੱਡੀ ਲੈ ਜਾ ਐਕਟਿਵਾ ਚਾਹੁੰਦੇ ਰਸ਼ ਨਾ ਦੇਵ ਨੂੰ ਹੌਲੀ ਹੌਲੀ ਜਾ ਰਿਹਾ ਐਕਟਿਵਾ ਲੈ ਕੇ ਸ਼ੁਕਰ ਆ ਘਰ ਦੇ ਕੋਲ ਜਾ ਕੇ ਪੈਂਚਰ ਹੋਈ ਆ
ਚਲੋ ਬਚ ਰਹੀ ਹੈ ਗਾਈਸ, ਪਸੀਨਾ ਆ ਗਿਆ ਮੈਨੂੰ। ਆ ਰਹੀ ਤੁਹਾਨੂੰ ਨੀ ਪਤਾ ਪੈਂਚਰ ਤੁਸੀਂ ਲਵਾਣੇ ਹੁੰਦੇ ਕਿ ਨਹੀਂ? ਘੁੰਮੀ ਕਰਨ ਚਲੀਏ, ਸੈਰ ਕਰਨ ਚਲੀਏ। ਆਹ ਦੇਵ 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 ਨੂੰ ਕਹਿ, ਦੇਵ ਨੂੰ ਕਹਿ ਪੈਂਚਰ ਹੋਈ ਨੀ, ਫਿਰ ਬਹੁਤ ਔਖਾ ਹੋਣਾ ਸੀ। ਨਾਲੇ ਦੁਕਾਨਾਂ ਵੀ ਬੰਦ, ਮੈਂ ਸਾਰੇ ਰਸਤੇ ਕਹਿੰਦੀ ਗਈ ਗੱਡੀ ਚੱਲਦੇ ਗੱਡੀ ਚੱਲਦੇ। ਕਾਕਾ ਦੇਖਣਾ, ਕਾਕਾ ਕਾਕਾ ਪਿੱਛੋਂ ਦਿਖਾਈ ਕਾਕਾ ਪਲੀਜ਼ ਵਲੋਗ ਜੁੜੇ ਰਹੋ ਤੇ ਪਿਆਰ ਦਿੰਦੇ ਰਹੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ।